सत श्री अकाल दोस्तों, मैं गीतकार शहबाज। तुसी मेरे गाने सुने होने आ, नैणा नैणा ना मलालिम भेद खुल जूगा सारा। साड़ी गल होर असी कीता है प्यार, नछत्र गल फिर सी मैं ताज बनावा कि मेरी मुमताज भी वफाए निकू। फिर सी गल मत्थे दियां लिखियां ते मुक जांदी है रोज़ खान। होर बहुत सारे गाने आ, अज मैं ना थोड़े ने एक गल सांझी करनी है। दरअसल गल की हुई, असी दोनों भरा मैं ते गुरनाम गामा, असी ना काले पीलिए की बीमारी का शिकार हो गए। 2011 च गामा हो गया ते 15 च हो गया मैं। ते चलो पिछले अप्रैल दे विच गुरनाम गामे की डैथ हो गई, तुसी सारे ने देखी होनी आ। ते प्रॉब्लम मैनू भी सेम ही सी ते मेरा लीवर भी डैमेज होने लगा। डॉक्टर कहिंदे वी इहदा ऑपरेशन करा ला, नहीं तो हौली हौली होर साल खंड डेढ़ साल तक भी गामे वाली स्टेज पर पहुँच जाएगा ते तेरी भी जान नूं खतरा। चलो वह तो जो खर्चा उन्होंने दसिया 20 लख रुपया खर्चा तकरीबन दसिया, वो है ही नहीं सी कोले। हले रैसला करते सी यारां दोस्तां नाल गल करी, वो कहिंदे वी आपां ना सोशल मीडिया ते करके पा दईए, कोई कई वारी कोई दानी वीर मिल जांदा सज्जन, वो हैल्प कर देंदे आ। फिर की गल होई, ये फेसबुक तो मेरी पोस्ट देख के ना, जिहड़ा नैट ते चैनल चलदा डेली पोस्ट, वो तो ना मेरे को एक टीम आई, मैंने फोन करे भी असीं तैनूं मिलना, तेरी मदद करना चाहुंदे आ। चलो मैं कहा आ जाओ भाई, आए मिले बैठे। गगन बेदी मेरे को मुंडा आया, कहिंदा मैनूं इन्हां दा जिहड़ा पत्रकार आ सरबजोत मक्कड़ जां की मक्कड़, उहने भेजिआ ਅਤੇ ਵੀ ਐਂ ਕਰਕੇ ਅਸੀਂ ਤੇਰੀ ਹੈਲਪ ਕਰਨੀ ਆ। ਅਤੇ ਮੈਂ ਕਿਹਾ ਵੀ ਚਲੋ ਬਹੁਤ ਵਧੀਆ ਗੱਲ ਆ, ਦੱਸੋ ਕਿਵੇਂ ਕਰੋਗੇ। ਕਹਿੰਦੇ ਵੀ ਸਾਡੇ ਚੈਨਲ ਵਾਸਤੇ ਤੂੰ ਇੱਕ ਇੰਟਰਵਿਊ ਕਰ ਦੇ, ਲੋਕਾਂ ਨੂੰ NRI ਨੂੰ ਅਪੀਲ ਕਰ ਦੇ, ਅਤੇ ਅਸੀਂ ਤੇਰਾ ਮੋਬਾਈਲ ਨੰਬਰ ਅਤੇ ਤੇਰਾ ਅਕਾਊਂਟ ਨੰਬਰ ਵਗੈਰਾ ਨਾ ਅਸੀਂ ਸਕਰੀਨ 'ਤੇ ਡਿਸਪਲੇ 'ਤੇ ਕਰ ਦਾਂਗੇ। ਇਹ ਸਾਰੀ ਗੱਲਬਾਤ ਕਹਾ ਕੇ ਅਤੇ ਇਹਨੇ 2 ਕੁ ਦਿਨਾਂ ਬਾਅਦ ਇੰਟਰਵਿਊ ਚਲਾਤੀ। ਮੈਂ ਇਹਨੂੰ ਫੋਨ ਕਰਿਆ ਬਈ ਤੂੰ ਨੰਬਰ ਨਹੀਂ ਪਾਇਆ, ਮੈਂ ਅੱਜ ਪਾਉਣਾ, ਮੈਂ ਕੱਲ੍ਹ ਪਾਉਣਾ, ਮੈਂ ਪਰਸੋਂ ਪਾਉਣਾ, ਜਾਣੀ ਇਹਨੇ ਨੰਬਰ ਨਹੀਂ ਪਾਇਆ। ਅਤੇ ਮੈਨੂੰ ਕਈ ਯਾਰਾਂ ਦੋਸਤਾਂ ਦੇ 2-4 ਬੰਦਿਆਂ ਦੇ ਫੋਨ ਆਏ ਬਾਹਰੋਂ, NRI ਬੰਦਿਆਂ ਦੇ। ਉਹ ਪਹਿਲਾਂ ਤਾਂ ਸਰ ਇਹਨੂੰ ਕਰਦੇ ਸੀ ਗਗਨ ਬੇਦੀ ਨੂੰ ਫੋਨ ਵੀ ਸਾਨੂੰ ਸ਼ਹਿਬਾਜ਼ ਦਾ ਨੰਬਰ ਦੇ ਦੇ, ਪਰ ਇਹ ਨੰਬਰ ਨਹੀਂ ਦੇ ਰਿਹਾ ਕਿਸੇ ਨੂੰ ਵੀ। ਐਡਾ ਕਿਰਤਕਣ ਬੰਦਾ ਇਹ ਵੀ ਇਹ ਬਿਮਾਰ ਬੰਦਿਆਂ ਨੂੰ ਵੀ ਨਹੀਂ ਛੱਡਦਾ। ਦੇਖੋ ਵੀ ਇੱਕ ਬੰਦਾ ਹੁਣ ਮਰਨ 'ਤੇ ਪਿਆ, ਹੋਰ ਵੱਧ ਤੋਂ ਵੱਧ ਕੋਲ 1 ਸਾਲ ਆ, 2 ਸਾਲ ਆ, 1.5 ਸਾਲ ਆ, ਵੀ ਉਹਦੀ ਬਿਮਾਰੀ 'ਚੋਂ ਵੀ ਇਹ ਫਾਇਦਾ ਉਠਾਉਂਦੇ ਆ। ਮੈਂ ਤਾਂ NRI ਵੀਰਾਂ ਨੂੰ ਅਪੀਲ ਕਰਦਾ ਇੱਕੋ ਹੀ, ਬਈ ਇਹਨਾਂ ਦੀ ਵੀਡੀਓ ਦੇਖੋ, ਦੇਖ ਕੇ ਸਿੱਧਾ ਲੋੜਵੰਦ ਦਾ ਨੰਬਰ ਲਓ, ਉਹਦੇ ਨਾਲ ਗੱਲ ਕਰਕੇ ਉਹਦੇ ਨਾਲ ਕੰਟੈਕਟ ਕਰੋ। ਇਹਨਾਂ ਦੇ ਯਕੀਨ 'ਤੇ ਨਾ ਰਹੋ, ਇਹ ਤਾਂ ਬਈ ਮਰਦੇ ਬੰਦੇ 'ਚੋਂ ਵੀ ਆਪਦਾ ਪੈਸਾ ਕਮਾਉਂਦੇ ਆ। ਅਤੇ ਤੁਸੀਂ ਵੀਰ ਬਣ ਕੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੀ ਇਹਦੇ ਪਰਿਵਾਰ ਤੱਕ ਤਾਂ ਪਹੁੰਚੇ। ਇਹ ਮੱਕੜ ਅਤੇ ਜਿਹੜੇ ਬੇਦੀ ਆ, ਦੋਨੇ ਚੋਰ ਆ ਸਿਰੇ ਦੇ ਬਈ, ਸਿੱਧੀ ਗੱਲ ਆ। ਮੈਂ ਤਾਂ ਹੁਣ ਕਹੂੰਗਾ ਮੇਰੇ ਕੋਲ 1.5 ਸਾਲ ਨਹੀਂ 6 ਮਹੀਨੇ ਆ, ਮੈਂ ਤਾਂ ਸੱਚ ਗੱਲ ਬੋਲ ਕੇ ਜਾਊਂਗਾ, ਦੱਸੂਗਾ ਸਾਰਿਆਂ ਨੂੰ ਵੀ ਇਹਨਾਂ ਨੇ ਐਂ ਕਰਿਆ। ਅਤੇ ਬਾਕੀ ਮੇਰਾ ਬਚਣਾ ਨਾ ਬਚਣਾ ਉਹ ਗੱਲ ਵੱਖਰੀ ਹੈ। ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ, ਮੇਰਾ ਨੰਬਰ ਹੈਗਾ 9872543499, ਅਤੇ ਮੈਂ ਸੋਸ਼ਲ ਮੀਡੀਆ 'ਤੇ ਵੀਡੀਓ ਪਾਊਂਗਾ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਗਗਨ ਬੇਦੀ ਦੇ ਰਿਸ਼ਤੇਦਾਰਾਂ ਕੋਲ ਤੱਕ ਵੀ ਪਹੁੰਚਣੀ ਚਾਹੀਦੀ ਹੈ ਵੀ ਇਹ ਕਿਵੇਂ ਪੈਸਾ ਕਮਾ ਰਿਹਾ। ਨਾਲ ਇਹਦੇ ਮੱਕੜ ਆ, ਮੱਕੜ ਦਾ ਨਾਂ ਲੈ ਕੇ ਇਹਨੇ ਮੇਰੇ ਕੋਲ ਕਿਹਾ ਸੀ ਵੀ ਮੈਨੂੰ ਮੱਕੜ ਨਹੀਂ ਭੇਜਿਆ। ਅਤੇ ਇਹੋ ਜਿਹੇ ਕੰਮ ਕਰਦੇ ਆ ਨੈੱਟ 'ਤੇ, ਤੁਸੀਂ ਆਪਾਂ ਦੇਖ ਕੇ ਭਾਵੁਕ ਹੋ ਜਾਂਦੇ। ਇਹ ਦਰਅਸਲ ਕੀ ਹੈ ਨਾ, ਲੋੜਵੰਦ ਬਿਮਾਰ ਬੰਦਿਆਂ ਨੂੰ ਇਹ ਸਮਝਦੇ ਆ ਚਾਰਾ, ਅਤੇ NRI ਬੰਦਿਆਂ ਨੂੰ ਸਮਝਦੇ ਆ ਮੱਛੀ। ਉਹਨਾਂ ਨੂੰ ਫਸਾਉਣ ਵਾਸਤੇ ਫਿਰ ਇਹੋ ਜਿਹੀਆਂ ਚਾਲਾਂ ਚੱਲਦੇ ਆ ਵੀ ਉੱਥੋਂ ਸਾਰੀ ਗੱਲਬਾਤ। ਗੁਰੂ ਨਾਨਕ ਦੀ ਫੋਟੋ ਕੋਲ ਬੈਠ ਕੇ ਨੇ ਬਾਈ ਗੱਲ ਕਹੀ ਸੀ ਇਹ ਵੀ ਕੋਈ ਨਾ ਵੀ ਅਸੀਂ ਤੇਰੀ ਹੈਲਪ ਕਰਨੀ ਆ। ਦੇਖ ਬਾਬੇ ਨਾਨਕ ਦੀ ਫੋਟੋ ਆ, ਮੈਂ ਸੰਤਾਂ ਨੂੰ ਮੰਨਦਾ, ਨਾਨਕ ਸਾਰਿਆਂ ਨੂੰ ਮੰਨਦਾ, ਅਤੇ ਵੀ ਅਸੀਂ ਤੇਰੀ ਫੁੱਲ ਹੈਲਪ ਕਰਾਂਗੇ, ਤੂੰ ਆ ਆ ਦੇਖ। ਅਤੇ ਵੀ ਇੱਕ ਵੀਡੀਓ ਕਰਦੇ, ਸਾਨੂੰ ਇੰਟਰਵਿਊ ਕਰਦੇ। ਇੰਟਰਵਿਊ ਕਰ ਲਈ ਸਾਰਾ ਕੁਛ ਕਰਕੇ, ਹੁਣ ਉਹ ਜਿਹੜੇ 4 ਬੰਦੇ ਮੇਰੇ ਵਾਸਤੇ ਕੋਈ ਮੰਨ ਲਓ ਹਾਂ ਦਾ ਨਾਰਾ ਮਾਰਨਗੇ, ਉਹਨਾਂ ਨਾਲ ਆਪ ਹੀ ਗੱਲ ਕਰੀ ਜਾਂਦਾ, ਨਾ ਗਾ ਨੰਬਰ ਦਿੰਦਾ। ਚਲੋ ਬਾਕੀ ਮੇਰਾ ਜਿਹੜਾ ਕੁਛ ਹੋਣਾ ਉਹ ਗੱਲ ਵੱਖਰੀ ਹੈ। ਅਤੇ ਸਾਰੇ NRI ਵੀਰਾਂ ਨੂੰ ਅਪੀਲ ਆ ਵੀ ਇਹ ਨਾ ਇਹਨਾਂ ਦੀ ਵੀਡੀਓ ਜ਼ਰੂਰ ਦੇਖੋ, ਦੇਖ ਕੇ ਤੋਂ ਨਾ ਲੋੜਵੰਦ ਬੰਦੇ ਦਾ ਨੰਬਰ ਮੰਗੋ ਬਾਈ, ਜਿਹਦੀ ਵੀਡੀਓ ਆ, ਜਿਹਦਾ ਤੂੰ ਕਹਿ ਰਿਹਾ ਬਿਮਾਰ ਆ, ਸਿੱਧਾ ਇਹਨਾਂ ਨਾਲ ਕੰਟੈਕਟ ਕਰੋ, ਗੱਲਬਾਤ ਕਰੋ, ਪਰ ਆਪਦਾ ਸੋਚ ਵਿਚਾਰ ਕੇ ਸਾਰਾ ਕੁਛ ਨਾ। ਮੈਂ ਸੱਚੀ ਗੱਲ ਤੁਹਾਨੂੰ ਦੱਸਣੀ ਸੀ, ਅਤੇ ਇਹਨੂੰ ਸ਼ੇਅਰ ਕਰ ਦਿਉ ਵੱਧ ਤੋਂ ਵੱਧ। ਅਤੇ ਮੇਰਾ ਨੰਬਰ ਮੈਂ ਤੁਹਾਨੂੰ ਦੱਸ ਦਿੱਤਾ, 9872543499। ਧੰਨਵਾਦ।